ਹਾਂਜੀ, ਹੁਣ ਜਿਹੜੀ ਗੱਲ ਲਗਾਤਾਰ ਸਵੇਰ ਦੀ ਹੋ ਰਹੀ ਆ, ਜਿਵੇਂ ਪ੍ਰਧਾਨ ਜੀ ਨੇ ਦੱਸਿਆ ਵੀ ਲਗਾਤਾਰ ਪ੍ਰਸ਼ਾਸਨ ਟਾਲ ਮਟੋਲ ਤਿਕੜਮਬਾਜ਼ੀਆਂ 'ਤੇ ਆ, ਇਹਨੂੰ ਦਿਸ਼ਾ ਹੋਰ ਦੇਣ ਦੀ ਕੋਸ਼ਿਸ਼ ਕਰ ਰਿਹਾ। ਅਸੀਂ ਇੱਕ ਗੱਲ ਸਾਫ਼ ਕਰ ਦੇਣੀ ਚਾਹੁੰਦੇ ਹਾਂ, ਅਸੀਂ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਆ ਵੀ ਮੰਨ ਲਓ ਜੇ ਚੱਟਾ ਨਾ ਹੁੰਦਾ ਤਾਂ ਕੀ ਲੋੜ ਪਈ ਸੀ ਰਾਤ ਨੂੰ ਉੱਥੇ ਜਾ ਕੇ ਪਹਿਰਾ ਦੇਣ ਦੀ। ਚਿੱਟਾ ਨਾ ਹੁੰਦਾ ਨਾ ਉਹ ਪਹਿਰਾ ਦਿੰਦਾ ਨਾ ਉਹਦੀ ਮੌਤ ਹੁੰਦੀ, ਪਰ ਉਹਦੀ ਮੌਤ ਦੀ ਵਜ੍ਹਾ ਚਿੱਟਾ ਬਣਿਆ, ਨਸ਼ਾ ਬਣਿਆ, ਜਿਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬਣਦੀ ਹੈ ਰੋਕਣ ਦੀ, ਜਿਹਦੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਆ। DSP ਬੋਲ ਕਹਿ ਰਿਹਾ ਕਿ ਇਹਦਾ ਜੀ ਤੁਸੀਂ ਤਲਾਸ਼ੀਆਂ ਨਹੀਂ ਲੈ ਸਕਦੇ, ਤੁਹਾਨੂੰ ਕਿਹਨੇ ਇਖਤਿਆਰ ਦਿੱਤਾ? ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਕਿ ਲੋਕ ਸਾਡਾ ਸਾਥ ਦੇਣ, ਅਸੀਂ ਨਸ਼ਾ ਤਾਂ ਰੋਕ ਸਕਦੇ ਹਾਂ, ਪਰ ਸਾਥ ਲੋਕ ਕਿਵੇਂ ਦੇਣਗੇ? ਉਹ ਜੇ ਨਾਕੇ 'ਤੇ ਖੜ੍ਹੇ ਆ, ਜੇ ਕਿਸੇ ਤਲਾਸ਼ੀ ਨਹੀਂ ਲੈਣੀ, ਕਿਸੇ ਨੂੰ ਘੇਰ ਕੇ ਪੁੱਛਣਾ ਨਹੀਂ, ਤਾਂ ਖੜ੍ਹਨ ਦਾ ਕੀ ਫਾਇਦਾ? ਦੂਜੀ ਗੱਲ, DSP ਫੂਲ ਇਹ ਵੀ ਕਹਿ ਰਿਹਾ ਸੀ, ਪੁੱਛਣਾ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਕਿ ਜੀ ਇਹ ਤਾਂ ਲੋਕਾਂ ਦੀ ਡਿਮਾਂਡ ਆ, ਲੋਕਾਂ ਦੀ ਮੰਗ ਹੈ, ਚਿੱਟਾ ਨਸ਼ਾ ਤਾਂ ਸਪਲਾਈ ਹੋ ਰਿਹਾ, ਲੋਕਾਂ ਦੀ ਡਿਮਾਂਡ ਤਾਂ ਮੰਗਾਂ ਤਾਂ ਬਹੁਤ ਨੇ ਲੋਕਾਂ ਦੀਆਂ। ਪੰਜਾਬ ਦਾ ਨੌਜਵਾਨ ਰੁਜ਼ਗਾਰ ਮੰਗਦਾ, ਨੌਕਰੀਆਂ ਮੰਗਦਾ, ਪੰਜਾਬ ਦਾ ਕਿਸਾਨ ਫਸਲਾਂ ਦੇ ਭਾਅ ਮੰਗਦਾ, ਮੁਆਵਜ਼ੇ ਮੰਗਦਾ, ਮਜ਼ਦੂਰ ਆਪਣੀ ਮਜ਼ਦੂਰੀ ਵੱਧ ਮੰਗਦਾ। ਇੱਥੇ ਜਿਹੜੇ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ, ਕਈ ਕਈ ਸਾਲ ਹੋ ਗਏ ਇਨਸਾਫ ਮੰਗਦੇ ਨੇ, ਬੜੀਆਂ ਮੰਗਾਂ ਨੇ, ਫਿਰ ਜੇ ਉਹ ਲੋਕਾਂ ਦੀਆਂ ਮੰਗਾਂ ਪੂਰੀਆਂ ਕਰ ਦਿਓ, ਕਿ ਤੁਸੀਂ ਜਦੋਂ ਚੱਟਾ ਮੰਗਦੇ ਹੈ ਉਹੀ ਮੰਗ ਪੂਰੀ ਕਰਨੀ ਹੈ। ਫਿਰ ਤੁਸੀਂ ਆਪਣਾ ਜਿਹੜਾ ਤੁਹਾਡਾ AIG ਰਾਜਜੀਤ ਸਿੰਘ ਹੈ, ਇੰਦਰਜੀਤ ਸਿੰਘ ਆ ਤੁਹਾਡਾ ਪੁਲਿਸ ਦਾ ਅਧਿਕਾਰੀ ਹੈ, ਜਿਹਦਾ ਹਾਈਕੋਰਟ ਦੀਆਂ ਫਾਈਲਾਂ 'ਚ ਨਾਂ ਆਇਆ, ਤੁਸੀਂ ਉਹ ਨਹੀਂ ਫੜ ਲਏ? ਸੋ ਜਾਣੇ ਸਾਰਾ ਇੱਕ ਮਾਹੌਲ ਹੋਰ ਪਾਸੇ ਲਿਜਾਣ ਦੀ ਕੋਸ਼ਿਸ਼ ਹੋ ਰਹੀ ਆ ਵੀ ਇਹ ਤਾਂ ਜੀ ਆਹ ਵਜ੍ਹਾ ਜੀ, ਇਹ ਤਾਂ ਉਸ ਕਰਕੇ ਮਰ ਗਿਆ ਜੀ, ਇਸ ਕਰਕੇ ਮਰ ਗਿਆ। ਅਸੀਂ ਕਹਿੰਦੇ ਜੇ ਉੱਥੇ ਬੰਦਾ ਮਰਿਆ ਤਾਂ ਉਹ ਤਾਂ ਮਰਿਆ ਕਿ ਚਿੱਟੇ ਦੇ ਕਰਕੇ ਪਹਿਰਾ ਲੱਗਿਆ ਸੀ, ਉਹ ਨਾਕੇ 'ਤੇ ਖੜ੍ਹਾ ਸੀ, ਪਿਛਲੇ ਨਾਕੇ ਤੋਂ ਬੰਦੇ ਭੱਜੇ ਆ, ਅਗਲੇ ਨਾਕੇ ਤੋਂ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਜਿਹਦੇ ਕਰਕੇ ਉਸ ਨੌਜਵਾਨ ਦੀ ਮੌਤ ਹੋਈ। ਘਰ ਵਾਲੀ ਉਹਦੇ ਹੈ ਨਹੀਂ, ਪਿਓ ਉਹਦਾ ਮਰਿਆ ਵਾ, ਮਾਂ ਉਹਦੀ ਇੱਕ ਬਜ਼ੁਰਗ ਔਰਤ ਆ, ਛੋਟਾ ਜਿਹਾ ਜਵਾਕ ਆ 10-12 ਸਾਲ ਦਾ, ਉਹ ਆਪਣੇ ਜਵਾਕ ਨੂੰ ਉਹੀ ਬੰਦਾ ਨਵਾ ਧਮਾ ਧਵਾ ਕੇ ਸਵੇਰੇ ਸਕੂਲ ਭੇਜਦਾ ਸੀ, ਉਹੀ ਉਹਦੀ 2 ਵੇਲੇ ਵਿਚਾਰਾ ਰੋਟੀ ਲਾਉਂਦਾ ਸੀ, ਹੁਣ ਉਹ ਬੱਚੇ ਦਾ ਸਹਾਰਾ ਕੌਣ ਰਹਿ ਗਿਆ? ਇਹ ਇੱਥੇ ਕਦੇ DSP ਕਹਿੰਦਾ 2 ਲੱਖ ਆਹ ਦੇ, ਹੁੰਡਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਹੋਰ ਪਾਸੇ ਗੱਲ ਲਿਜਾਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਇਹ ਸਾਡਾ ਸਾਂਝਾ ਬਿਆਨ ਹੈ, ਭਾਰਤੀ ਕਿਸਾਨ ਜੀ ਨੂੰ ਕ੍ਰਾਂਤੀ ਕਰ ਦਿਓ, ਬੈਠੇ ਨੇ ਸਰਪ੍ਰਸਤ ਸੁਰਜੀਤ ਫੂਲ ਜੀ, ਆਰਾਮ ਸਿੰਘ ਜੀ ਖਾਲਸਾ ਬੈਠੇ ਨੇ ਢਵਾਲੀ ਤੋਂ, ਬਹਾਦਰ ਸਿੰਘ ਬੈਠਾ, ਰਘੂ ਬੈਠਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਗੁਰਦੀਪ ਸਿੰਘ ਸਿਲਵਰਾ ਬੈਠੇ ਆ, ਡਕੌਂਦਾ ਵੱਲੋਂ ਵੀ ਹਮਾਇਤ ਦਾ ਐਲਾਨ ਹੋਇਆ। ਸੋ ਕੱਲ੍ਹ ਨੂੰ ਹੋਰ ਵੀ ਜਿੰਨੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਇੱਥੇ ਆ ਕੇ ਸ਼ਮੂਲੀਅਤ ਵੀ ਕਰੋ ਅਤੇ ਇਸ ਦੀ ਹਮਾਇਤ ਵੀ ਕਰੋ, ਕਿਉਂਕਿ ਮਸਲਾ ਬਹੁਤ ਵੱਡਾ, ਲਗਾਤਾਰ ਸਰਕਾਰ ਦਾ ਜ਼ੋਰ ਲੱਗਿਆ ਹੋਇਆ ਵੀ ਕਿਸੇ ਵੀ ਤਰੀਕੇ ਨਾਲ ਇਸ ਘੋਲ ਨੂੰ ਆਪਾਂ ਦਬਾਉਣਾ। ਸੋ ਕੱਲ੍ਹ ਨੂੰ 10 ਵਜੇ ਦਾ ਸਮਾਂ ਥਾਣਾ ਫੂਲ ਦੇ ਵਿੱਚ ਪਹੁੰਚਣਾ, ਲੰਗਰ ਦਾ ਪ੍ਰਬੰਧ ਇੱਥੇ ਹੋਊਗਾ, ਜਿਹੜੇ ਵੀ ਕਿ ਲੈ ਕੇ ਆਉਣਾ ਚਾਹੁੰਦੇ ਆ, ਕੋਈ ਪਿੰਡਾਂ ਦੇ ਵਿੱਚ ਦੁੱਧ ਲਿਆਉਣਾ ਚਾਹੁੰਦੇ ਆ, ਜ਼ਰੂਰ ਲੈ ਕੇ ਆਓ, ਕੱਲ੍ਹ ਨੂੰ ਉੱਥੇ ਚਾਹ ਦਾ ਜਾਂ ਕੋਈ ਹੋਰ ਆਪਣੇ ਪਿੰਡਾਂ ਦੇ ਵਿੱਚੋਂ ਰਾਸ਼ਨ ਲੈ ਕੇ ਆਉਣਾ ਚਾਹੁੰਦਾ, ਰੋਟੀਆਂ ਲਾ ਕੇ ਉਹ ਵੀ ਲੈ ਕੇ ਆਓ। 10 ਵਜੇ ਤੋਂ ਲੈ ਕੇ ਇਹ ਪਤਾ ਨਹੀਂ ਹੁਣ ਕਿ ਦਿਨ ਚੱਲੇ, ਅਤੇ ਸਰਕਾਰ ਨੂੰ ਅਸੀਂ ਕਹਿ ਦਿੰਦੇ ਹਾਂ ਵੀ ਇਹ ਅਸੀਂ ਕੱਲ੍ਹ ਦਾ ਦਿਨ ਹੀ ਦੇਖਣਾ, ਜਾਂ ਕੱਲ੍ਹ 2-4 ਘੰਟਿਆਂ ਬਾਅਦ ਇੱਥੇ ਜੋ ਵੀ ਸਾਡਾ ਮੀਟਿੰਗ ਦਾ ਫੈਸਲਾ ਹੋਊਗਾ ਉਹ ਤੋਂ ਬਾਅਦ ਅਸੀਂ, ਉਹ ਤੋਂ ਬਾਅਦ ਅਸੀਂ ਇਹ ਲਾਸ਼ ਨੂੰ ਹਾਈਵੇ 'ਤੇ ਰੱਖ ਕੇ ਉਸ ਨੌਜਵਾਨ ਦੀ ਨੂੰ ਇਹ ਸੰਘਰਸ਼ ਨੂੰ ਤਿੱਖਾ ਕਰਾਂਗੇ। ਇਹਦੀ ਜ਼ਿੰਮੇਵਾਰ ਸਰਕਾਰ ਅਤੇ ਪ੍ਰਸ਼ਾਸਨ ਹੋਊਗਾ। ਜਿਹੜਾ 11 ਤਰੀਕ ਨੂੰ ਕੱਲ੍ਹ ਨੂੰ
ਮੰਡੀ ਕਲਾਂ ਦੇ ਵਿੱਚ ਜੋ ਕਮੇਟੀ ਦੇ ਉੱਤੇ ਇੱਕ DDR ਕੱਟੀ ਗਈ ਪਰਚਾ ਦਰਜ ਹੋਇਆ ਸੀਗਾ ਉਹਨੂੰ ਲੈ ਕੇ ਜਿਹੜਾ ਸੰਘਰਸ਼ ਵਿੱਢਿਆ ਸੀਗਾ ਉਹ ਅੱਜ ਪ੍ਰਸ਼ਾਸਨ ਨੇ ਸਮਾਂ ਲੈ ਕੇ ਕਿ ਅਸੀਂ 21 ਤਰੀਕ ਤੱਕ ਇਹਨੂੰ ਰੱਦ ਕਰ ਦਿਆਂਗੇ 21 ਤੱਕ ਦਾ ਸਮਾਂ ਉਹਨਾਂ ਨੇ ਮੰਗਿਆ ਉਸ ਕਰਕੇ ਉਹਨੂੰ ਆਪਾਂ ਅੱਗੇ ਪਾ ਦਿੱਤਾ ਉਹ ਵੀ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਨਾਲ ਸਾਂਝੀ ਕਰ ਦਿੱਤੀ ਜਾਊ ਗੱਲਬਾਤ ਜੇ ਅੱਗੇ ਆਪਾਂ ਜਿਹੜਾ ਵੀ ਪ੍ਰੋਗਰਾਮ ਲਿਖਾਂਗੇ ਉਹ ਤੁਹਾਡੇ ਨਾਲ ਆਪਾਂ ਸਾਂਝਾ ਕਰ ਲਾਂਗੇ ਉਹ ਆਪਣਾ ਅੱਗੇ ਆ ਅਤੇ ਇਹ ਆਪਣਾ ਜਿੰਨਾ ਚਿਰ ਉਹਦਾ ਕੋਈ ਇਨਸਾਫ ਨਹੀਂ ਮਿਲਦਾ ਆਪਣਾ ਇਹ ਮੋਰਚਾ ਜਾਰੀ ਰਹਿਣਾ ਵੱਧ ਤੋਂ ਵੱਧ ਪੰਜਾਬ ਭਰ ਦੇ ਲੋਕਾਂ ਨੂੰ ਅਪੀਲ ਹੈ ਕਿ ਥਾਣਾ ਪੂਲ ਦੇ ਵਿੱਚ ਵੱਧ ਤੋਂ ਵੱਧ ਵੱਡੀ ਗਿਣਤੀ 'ਚ ਪਹੁੰਚੋ ਜੀ ਵਾਹਿਗੁਰੂ ਜੀ ਖਾਲਸਾ ਹਾਂਜੀ